ਹੇ ਗਾਈਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਯੂ ਆਰ ਵਾਚਿੰਗ ਸਮਨ ਆਇਲ। ਸੋ ਅੱਜ ਦਾ ਵੀਡੀਓ ਜਿਹੜਾ ਹੈ ਉਹ ਸਾਡਾ ਸੈਕਿੰਡ ਕਿਊ ਕਰਦੇ ਆ, ਜਿਹੜਾ ਡਿਸਕ੍ਰਾਈਬ ਅ ਬੁੱਕ ਦੈਟ ਯੂ ਹੈਵ ਰੀਡ ਮੈਨੀ ਟਾਈਮਸ। ਸੋ ਇੱਕ ਬੁੱਕ ਦੇ ਬਾਰੇ ਗੱਲ ਕਰਨੀ ਆ ਜਿਹੜੀ ਤੁਸੀਂ ਕਾਫੀ ਟਾਈਮ ਰੀਡ ਕੀਤੀ ਹੈ। ਵੈਨ ਯੂ ਰੀਡ ਇਟ ਫੋਰ ਦ ਫਸਟ ਟਾਈਮ, ਵਟ ਕਾਇੰਡ ਆਫ ਬੁੱਕ ਇਟ ਇਜ਼ ਐਂਡ ਵਟ ਦ ਬੁੱਕ ਵਾਜ਼ ਅਬਾਊਟ ਐਂਡ ਵਾਈ ਯੂ ਲਾਈਕ ਟੂ ਰੀਡ ਇਟ ਅਗੇਨ। ਕਦੋਂ ਰੀਡ ਕੀਤੀ ਸੀ ਪਹਿਲੀ ਵਾਰ, ਕਿਵੇਂ ਦੀ ਬੁੱਕ ਆ, ਔਰ ਇਹ ਬੁੱਕ ਕਿਸ ਦੇ ਬਾਰੇ 'ਚ ਆ, ਔਰ ਐਕਸਪਲੇਨ ਕਰਨਾ ਕਿ ਤੁਸੀਂ ਇਹਨੂੰ ਲਾਈਕ ਕਿਉਂ ਕਰਦੇ ਹੋ, ਦੁਬਾਰਾ ਦੁਬਾਰਾ ਰੀਡ ਕਰਨਾ। ਸੋ ਬੇਸਿਕਲੀ ਇੱਥੇ ਜਿਹੜੀ ਜਰਨਲ ਲਾਈਨ ਆ, ਤੁਸੀਂ ਆਪਣੇ ਜਿਹੜੀ ਤੁਹਾਡੀ ਲਾਈਕ ਰੀਡਿੰਗ ਦੀ ਹੈਬਿਟ ਹੈਗੀ ਆ ਉਹਦੇ 'ਤੇ ਲਿਖ ਸਕਦੇ। ਯੂ ਕੈਨ ਆਸਕ ਬੀਇੰਗ ਅ ਬਿਬਲੀਓਫਾਈਲ ਪਰਸਨ। ਬਿਬਲੀਓਫਾਈਲ ਪਰਸਨ ਉਹਨੂੰ ਬੋਲਦੇ ਆ ਜਿਹਨੂੰ ਰੀਡਿੰਗ ਪਸੰਦ ਹੁੰਦੀ ਆ। ਆਈ ਲਵ ਟੂ ਰੀਡ ਸਟੋਰੀ ਬੁੱਕਸ। ਆਈ ਪ੍ਰੈਫਰ ਟੂ ਰੀਡ ਫੈਂਟੇਸੀ ਐਂਡ ਮੋਟੀਵੇਸ਼ਨਲ ਸਟੋਰੀਜ਼। ਆਈ ਡੀਮ ਦੈਟ ਇਟ ਸਟੈਂਡਸ ਟੂ ਰੀਜ਼ਨ ਦੈਟ ਰੀਡਿੰਗ ਕੈਨ ਇਨਹਾਂਸ ਦ ਵੋਕੈਬਲਰੀ ਐਂਡ ਇੰਪਰੂਵ ਦ ਰਾਈਟਿੰਗ ਸਕਿੱਲਸ ਟੂ। ਕਿਉਂਕਿ ਮੈਂ ਬਿਲੀਵ ਕਰਦੀ ਹਾਂ, ਆਈ ਡੀਮ ਮਤਲਬ ਆਈ ਥਿੰਕ ਇਟ ਸਟੈਂਡਸ ਟੂ ਰੀਜ਼ਨ। ਸਟੈਂਡ ਟੂ ਰੀਜ਼ਨ ਇੱਕ ਜਿਹੜਾ ਉਹ ਈਡੀਅਮ ਹੈ ਜਿਹਦਾ ਮਤਲਬ ਹੁੰਦਾ ਆ ਕਿ ਕੋਈ ਲੋਜੀਕਲ ਗੱਲ ਹੋਣਾ, ਨੈਚੁਰਲ ਉਹ ਚੀਜ਼ ਟਰੂ ਹੋਣਾ, ਕਿ ਮੈਂ ਬਿਲੀਵ ਕਰਦੀ ਹਾਂ ਕਿ ਇਹ ਚੀਜ਼ ਜਿਹੜੀ ਆ ਓਬਵੀਅਸ ਆ ਜਾਂ ਨੈਚੁਰਲ ਆ ਕਿ ਰੀਡਿੰਗ ਜਿਹੜੀ ਇਨਹਾਂਸ ਕਰਦੀ ਵੋਕੈਬਲਰੀ ਅਤੇ ਨਾਲ ਦੇ ਨਾਲ ਰਾਈਟਿੰਗ ਸਕਿੱਲ ਵੀ ਇੰਪਰੂਵ ਕਰਦੀ ਆ। ਦੇਅਰ ਆਰ ਐਂਪਲ ਬੁੱਕਸ ਦੈਟ ਆਈ ਹੈਵ ਰੈਡ ਪਲੈਥੋਰਾ ਆਫ ਟਾਈਮਸ। ਸੋ ਬਹੁਤ ਸਾਰੀਆਂ ਐਵੇਂ ਦੀਆਂ ਬੁੱਕਸ ਨੇ ਜਿਹੜੀਆਂ ਮੈਂ ਰੀਡ ਕਰ ਚੁੱਕਿਆ ਬਹੁਤ ਵਾਰੀ। ਐਂਪਲ ਐਂਡ ਪਲੈਥੋਰਾ ਆਫ ਦਾ ਮਤਲਬ ਹੁੰਦਾ ਮੈਨੀ। ਹਾਓ ਬਿਟ, ਹਾਓ ਬਿਟ ਮਤਲਬ ਬਟ। ਹੇਅਰ ਆਈ ਵੁੱਡ ਲਵ ਟੂ ਸ਼ੈਡ ਸਮ ਲਾਈਟ ਔਨ ਅ ਬੁੱਕ ਵਿਚ ਇਜ਼ ਸੋ ਕਲੋਜ਼ ਟੂ ਮਾਈ ਹਾਰਟ ਐਂਡ ਆਈ ਰੀਡ ਇਟ ਵੈਨ ਐਵਰ ਆਈ ਹੈਵ ਲੈਜਰ ਟਾਈਮ। ਔਰ ਜਦੋਂ ਵੀ ਮੇਰੇ ਤੋਂ ਫਰੀ ਟਾਈਮ ਹੁੰਦਾ ਹੈ ਮੈਂ ਉਦੋਂ ਇਹਨੂੰ ਰੀਡ ਕਰਦੀ ਹਾਂ। ਦ ਨੇਮ ਆਫ ਦ ਬੁੱਕ ਇਜ਼ ਸੈਂਟਰੈਲਾ, ਰਿਟਨ ਬਾਏ ਮਾਰਸੀਆ ਬਰਾਊਨ। ਸੋ ਜਿਹੜਾ ਰਾਈਟਰ ਆ ਉਹ ਮਾਰਸੀਆ ਬਰਾਊਨ ਆ, ਔਰ ਇਹ ਸੈਂਟਰੈਲਾ ਬੁੱਕ ਆ। ਇਹਦੇ 'ਤੇ ਮੂਵੀ ਵੀ ਆ, ਤੁਸੀਂ ਉਹਨੂੰ ਵੀ ਡਿਸਕ੍ਰਾਈਬ ਕਰ ਸਕਦੇ ਹੋ। Actually, this book belongs to the fantasy genre because it involves magic which does not exist in the real world. ਇੱਕ ਕਲਪਨਾ ਹੈਗੀ ਆ, ਇੱਕ ਜਨਰ ਆ ਜਿਹਦੇ ਵਿੱਚ ਮੈਜਿਕ ਵੀ ਹੈਗਾ ਆ, ਜਿਹੜਾ ਕਿ ਰੀਅਲ ਵਰਲਡ ਦੇ ਵਿੱਚ ਵੈਸੇ ਐਗਜਿਸਟ ਨਹੀਂ ਕਰਦਾ। ਦ ਸਟੋਰੀ ਇਜ਼ ਆਫ ਅ ਪ੍ਰਿੰਸਸ ਹੂ ਗੋਟ ਟੋਰਚਰਡ ਬਾਏ ਹਰ ਸਟੈਪ ਮਦਰ ਐਂਡ ਸਟੈਪ ਸਿਸਟਰਸ। ਇਹ ਇੱਕ ਸਟੋਰੀ ਹੈਗੀ ਆ ਪ੍ਰਿੰਸਸ ਦੀ, ਜਿਹੜੀ ਕਿ ਟੋਰਚਰ ਕੀਤੀ ਜਾਂਦੀ ਆ ਆਪਣੀ ਸਟੈਪ ਮਦਰ ਔਰ ਸਟੈਪ ਸਿਸਟਰਸ ਦੇ through and at last she got married to a prince after facing numerous hardships. I vividly reminisce. Vividly means clearly, reminisce matlab remember. I read it for the first time when I was in my 8th grade in an English literature book. Since that time it has become my favorite book to read. Odo to hi meri favorite book rahi ha. This was the book which built my interest in reading and I started to read and learn new vocabulary words. ਸੋ ਇਸ ਬੁੱਕ ਦੇ ਕਾਰਨ ਹੀ ਮੇਰਾ ਰੀਡਿੰਗ 'ਚ ਇੰਟਰਸਟ ਡਿਵੈਲਪ ਹੋਇਆ ਸੀਗਾ, ਔਰ ਮੈਂ ਨਿਊ ਵਰਡਸ ਵੋਕੈਬਲਰੀ ਦੇ ਸਿੱਖੇ ਸੀਗੇ। ਐਜ਼ ਇੰਗਲਿਸ਼ ਲਿਟਰੇਚਰ ਬੁੱਕ ਸਟੋਰੀਜ਼ ਆਰ ਫੁੱਲ ਆਫ ਫੈਂਟੈਬਲਸ ਵਰਡਸ ਵਿਚ ਹੈਜ਼ ਸਪੈਸ਼ਲ ਮੀਨਿੰਗ। ਸੋ ਇਹ ਫੁੱਲ ਆਫ ਵਰਡਸ ਹੁੰਦੀਆਂ ਨੇ ਜਿਹਦੇ ਬਹੁਤ ਵਧੀਆ ਮੀਨਿੰਗ ਰਹਿੰਦੇ ਨੇ। ਫੈਂਟੈਬਲਸ ਮਤਲਬ ਬਿਊਟੀਫੁੱਲ, ਵੰਡਰਫੁੱਲ। ਵੈਨ ਆਈ ਰੈਡ ਇਟ ਫੋਰ ਦ ਫਸਟ ਟਾਈਮ ਇਟ ਨੋਟ ਸੋਲੀ ਗੇਵ ਮੀ ਥ੍ਰਿਲ ਬਟ ਆਲਸੋ ਇੰਪਰੂਵ ਮਾਈ ਕੋਨਸਨਟ੍ਰੇਸ਼ਨ ਐਂਡ ਇਮੈਜੀਨੇਸ਼ਨ ਪਾਵਰ। ਜਦੋਂ ਮੈਂ ਇਹਨੂੰ ਪਹਿਲੀ ਵਾਰ ਰੀਡ ਕੀਤਾ ਸੀਗਾ, ਇਹਨੇ ਨਾ ਸਿਰਫ ਮੈਨੂੰ ਖੁਸ਼ੀ ਦਿੱਤੀ ਸੀਗੀ, ਮੇਰੀ ਕੋਨਸਨਟ੍ਰੇਸ਼ਨ ਔਰ ਮੇਰੀ ਇਮੈਜੀਨੇਸ਼ਨ ਪਾਵਰ ਜਿਹੜੀ ਉਹਨੂੰ ਵੀ ਇੰਪਰੂਵ ਕੀਤਾ ਸੀਗਾ। ਵੈਨ ਐਵਰ ਆਈ ਹੈਵ ਲੈਜਰ ਟਾਈਮ ਔਰ ਸਪੇਅਰ ਟਾਈਮ ਆਈ ਲਵ ਟੂ ਕਿਲ ਦਾ ਟਾਈਮ ਟੂ ਰੀਡ ਦਿਸ ਬੁੱਕ। ਕਿਲ ਦਾ ਟਾਈਮ ਮਤਲਬ ਸਪੈਂਡ ਦਾ ਟਾਈਮ, ਮੈਨੂੰ ਫਰੀ ਟਾਈਮ 'ਚ ਇਹ ਬੁੱਕ ਨੂੰ ਰੀਡ ਕਰਨਾ ਵਧੀਆ ਲੱਗਦਾ ਹੈ। ਬਿਕੋਜ਼ ਦਿਸ ਸਟੋਰੀ ਬੁੱਕ ਗਿਵਸ ਮੀ ਅ ਹੋਪ ਟੂ ਸਟੇ ਆਪਟੀਮਿਸਟਿਕ ਈਵਨ ਇਨ ਵਾਸਟ ਸਿਚੁਏਸ਼ਨ। ਕਿਉਂਕਿ ਇਹ ਬੁੱਕ ਮੈਨੂੰ ਇੱਕ ਹੋਪ ਦਿੰਦੀ ਆ ਕਿ ਪੋਜ਼ਿਟਿਵ ਰਹਿਣਾ ਹੈ, ਚਾਹੇ ਜਿਤਨੀ ਵੀ ਜ਼ਿਆਦਾ ਬੁਰੀ ਸਿਚੁਏਸ਼ਨ ਕਿਉਂ ਨਾ ਹੋਏ। ਬਿਕੋਜ਼ ਦੇਰ ਇਜ਼ ਆਲਵੇਜ਼ ਅ ਕਲੀਅਰ ਡੇ ਆਫਟਰ ਅ ਡਾਰਕ ਨਾਈਟ। ਕਿਉਂਕਿ ਇੱਕ ਫਰੇਜ਼ ਹੁੰਦਾ ਆ ਕਿ ਜਿਹੜੀ ਕਾਲੀ ਰਾਤ ਹੁੰਦੀ ਉਸ ਤੋਂ ਬਾਅਦ ਜਿਹੜਾ ਇੱਕ ਕਲੀਅਰ ਦਿਨ ਹੁੰਦਾ ਹੈ। ਸੋ ਯੂ ਕੈਨ ਆਲਸੋ ਯੂਜ਼ ਦਿਸ ਫਰੇਜ਼ ਇਨ ਦਿਸ ਕਿਊ ਕਾਰਡ ਇਨ ਸਪਾਈਟ ਆਫ ਦਿਸ। ਇਸ ਤੋਂ ਇਲਾਵਾ ਅ ਡਿਸਨੇ ਮੂਵੀ ਇਜ਼ ਆਲਸੋ ਲਾਂਚਡ ਔਨ ਦਿਸ ਸਟੋਰੀ ਵਿਚ ਇਜ਼ ਆਲਸੋ ਸਟੂਪੈਂਡੀਅਸ। ਸੋ ਇੱਕ ਮੂਵੀ ਇਹਦੇ 'ਤੇ ਲਾਂਚ ਵੀ ਹੋਈ ਆ ਜਿਹੜੀ ਕਿ ਸਟੂ ਬਹੁਤ ਹੀ ਜ਼ਿਆਦਾ ਵਧੀਆ, ਸਟੂਪੈਂਡੀਅਸ। ਔਰ ਇੱਥੇ ਸਪਲੈਂਡਿਡ ਵਰਡ ਵੀ ਲਿਖ ਸਕਦੇ ਹੋ, ਔਰ ਤੁਸੀਂ ਐਕਵੀਜ਼ਿਟ ਵਰਡ ਵੀ ਇੱਥੇ ਯੂਜ਼ ਕਰ ਸਕਦੇ ਹੋ। ਆਈ ਹੈਵ ਵਾਚਡ ਇਟ ਮਾਇਰਡ ਟਾਈਮ। ਮੈਂ ਬਹੁਤ ਵਾਰ ਉਹ ਮੂਵੀ ਵੀ ਦੇਖੀ ਆ। ਦਿਸ ਮੂਵੀ ਸੀਮਸ ਲਾਈਕ ਮਾਈ ਫੈਂਟਸੀ ਬਿਕਮ ਟਰੂ ਇਨ ਅ ਵੀਡੀਓਗ੍ਰਾਫੀ। ਸੋ ਐਵੇਂ ਲੱਗਦਾ ਕਿ ਜੋ ਮੇਰੀ ਕਲਪਨਾ ਸੀ ਇਸ ਸਟੋਰੀ ਨੂੰ ਰੀਡ ਕਰਕੇ, ਜੋ ਉਹ ਸਾਰਾ ਕੁਝ ਵੀਡੀਓਗ੍ਰਾਫੀ ਦੇ ਵਿੱਚ ਕਨਵਰਟ ਹੋ ਗਿਆ ਹੋਏ। ਵੈਨ ਆਈ ਵਾਚ ਦੈਟ ਮੂਵੀ ਆਈ ਵਾਜ਼ ਵਾਕਿੰਗ ਔਨ ਦਾ ਏਅਰ। ਸੋ ਜਦੋਂ ਮੈਂ ਪਹਿਲੀ ਵਾਰ ਇਹ ਮੂਵੀ ਦੇਖੀ ਸੀਗੀ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ। ਆਈ ਵਾਜ਼ ਵਾਕਿੰਗ ਔਨ ਦਾ ਏਅਰ ਇੱਕ ਈਡੀਅਮ ਹੁੰਦਾ ਜਿਹੜਾ ਅਸੀਂ ਐਕਸਟ੍ਰੀਮਲੀ ਹੈਪੀ ਦੇ ਲਈ ਯੂਜ਼ ਕਰਦੇ ਹਾਂ। ਆਈ ਹੈਵ ਰੈਕਮੈਂਡਡ ਦਿਸ ਬੁੱਕ ਟੂ ਮਾਈ ਕਾਮਰੇਡਸ। ਮੈਂ ਆਪਣੇ ਫਰੈਂਡਸ ਨੂੰ ਵੀ ਇਹ ਬੁੱਕਸ ਜਿਹੜੀ ਆ ਰੈਕਮੈਂਡ ਕੀਤੀ ਹੈ ਕਿ ਉਹ ਵੀ ਰੀਡ ਕਰਨ, ਬਿਕੋਜ਼ ਆਈ ਐਡਮਾਇਰ ਇਟ ਵੈਰੀ ਮੱਚ, ਕਿਉਂਕਿ ਮੈਂ ਇਹਨੂੰ ਬਹੁਤ ਪਸੰਦ ਕਰਦੀ ਹਾਂ।
टू कट द लॉन्ग स्टोरी शॉर्ट, दिस इज अगेन एन इडियम फॉर एंडिंग. दिस इज द बुक दैट आई हैव रेड मैनी टाइम्स एंड विल रीड इन फ्यूचर टू. सो ये बुक है जिन्हें मैं बहुत बार रीड कर चुकी हूँ एंड फ्यूचर के विच भी करांगी. सो ये सी साडा अज तक यू कट. होप यू लाइक दिस वीडियो, शेयर दिस वीडियो एज मच एज पॉसिबल, कीप सपोर्टिंग. थैंक यू सो मच, हैव अ नाइस डे.